Kal, good evening. Myself, Dr. Manjeet, Senior Medical Officer in charge in Government of Punjab Hospital, Kala Singha, Kapoorthala, India. Dosto, ਸਾਡਾ 13ਵਾਂ ਐਪੀਸੋਡ ਆ। 13ਵੇਂ ਐਪੀਸੋਡ ਦੇ ਵਿੱਚ ਬਹੁਤ ਹੀ ਸਾਰੀਆਂ ਤੁਹਾਡੇ ਨਾਲ ਗੱਲਾਂ ਕਰਦੇ ਆ ਰਹੇ ਹਾਂ। ਕਿਤੇ ਕਿਤੇ ਤੁਹਾਨੂੰ ਬਹੁਤ ਜ਼ਿਆਦਾ ਇੱਦਾਂ ਵੀ ਲੱਗਦਾ ਕਿ ਤੁਹਾਨੂੰ ਅਸੀਂ ਹੁੰਝਾਂ ਜੀਆਂ ਮਾਰ ਰਹੇ ਹਾਂ, ਤੁਹਾਨੂੰ ਡਰਾ ਰਹੇ ਹਾਂ, ਤੁਹਾਨੂੰ ਮਤਲਬ ਕੁਛ ਇੱਦਾਂ ਦੇ ਅਲਫਾਜ਼ ਬੋਲ ਜਾਂਦੇ ਹਾਂ ਸ਼ਾਇਦ ਕਿਸੇ ਦੇ ਦਿਲ ਨੂੰ ਚੁੱਭਦੇ ਹੋਣ, ਪਰ ਇਹ ਸਾਰੀਆਂ ਗੱਲਾਂ, ਸਾਰੇ ਚੁੱਭਣ ਵਾਲੀਆਂ ਗੱਲਾਂ, ਸਾਰੀਆਂ ਸਾਡੇ ਦਿਲ ਦੇ ਪਿਆਰ ਵਾਲੇ ਗੱਲਾਂ ਦਾ ਪਤਾ ਕਦੋਂ ਲੱਗੇਗਾ? 6 ਮਹੀਨੇ ਬਾਅਦ। ਤੇ ਅੱਜ ਦੁਨੀਆਂ ਦੇ ਵਿੱਚ ਜੇ ਫਿਗਰਸ ਦੀ ਗੱਲ ਕਰਦੇ ਹਾਂ ਤਾਂ ਪਹਿਲਾਂ ਮੈਂ ਗੱਲ ਕਰਾਂਗਾ 7 ਘੰਟਿਆਂ ਪਹਿਲਾਂ, ਜਿਹੜਾ ਮੈਂ ਹੁਣ ਦਾ ਵਰਲਡ ਕਰੋਨੋਮੀਟਰ ਤੇ ਤੁਹਾਨੂੰ ਫਿਗਰਸ ਦੇਣ ਜਾ ਰਿਹਾ, ਔਰ ਜਿਹੜੀਆਂ ਇਸ ਤੋਂ ਪਹਿਲਾਂ 6 ਘੰਟੇ ਪਹਿਲਾਂ ਦਾ ਫਿਗਰ ਸੀਗਾ, ਹੁਣ ਵਾਲੀਆਂ ਫਿਗਰਾਂ ਇੱਕ ਤਕਰੀਬਨ 13:51 ਦੀਆਂ, ਜਿਹੜੀਆਂ 7 ਵਜੇ ਦੀਆਂ ਸੀਗੀਆਂ। ਫਰਕ ਕਿੰਨਾ ਸੀਗਾ? ਹੁਣ ਹੈਗੀ ਹੈ 15,36,216 6 ਘੰਟੇ ਪਹਿਲਾਂ ਟੋਟਲ ਕੋਰੋਨਾ ਵਾਇਰਸ ਕੇਸਿਸ ਜਿਹੜੇ ਦੁਨੀਆ ਪੂਰੀ ਦੇ ਵਿੱਚ ਸੀਗੇ 15,19,571, 6 ਘੰਟਿਆਂ ਦੇ ਵਿੱਚ 16,645 ਕੇਸ ਪੂਰੀ ਦੁਨੀਆ ਦੇ ਵਿੱਚ ਨਵੇਂ ਆ ਚੁੱਕੇ ਇਸ ਮਹਾਮਾਰੀ ਦੇ। ਮੌਤਾਂ ਜਿੱਥੇ 88,550 ਸੀਗੀਆਂ ਉੱਥੇ ਹੁਣ ਵੱਧ ਕੇ ਹੋ ਗਈਆਂ 8,9,898। ਫਿਗਰ ਦੇਖੋ ਕਿੱਦਾਂ ਦੀ ਜੀਵ ਹੈ, 8,9,8,9,8, 1,348 ਮੌਤਾਂ ਪਿਛਲੇ 6 ਘੰਟਿਆਂ ਚ ਵੱਧ ਚੁੱਕੀਆਂ। ਰਿਕਵਰ ਹੋਏ ਨੇ 3,31,011 ਕੇਸ, ਐਕਟਿਵ ਕੇਸ ਜਿਹੜੇ ਕਿ 1,00,100 ਨੇ, ਉਹਨਾਂ ਦੇ ਵਿੱਚ 96% ਮਾਈਲਡ ਨੇ, ਔਰ ਪਿਛਲੇ ਕਈਆਂ ਦਿਨਾਂ ਤੋਂ 5% ਕ੍ਰਿਟੀਕਲ ਸੀਗੇ ਜਿਹੜੇ ਕਿ ਘੱਟ ਕੇ ਹੁਣ ਪੂਰੀ ਦੁਨੀਆਂ ਦੇ ਜਿਹੜੇ ਸਾਇੰਟਿਸਟ, ਪੂਰੀ ਦੁਨੀਆਂ ਦੇ ਜਿਹੜੇ ਮੈਡੀਕਲ ਸਪੈਸ਼ਲਿਸਟ, ਪੂਰੀ ਦੁਨੀਆਂ ਦੇ ਜਿਹੜੇ ਫਾਰਮਾਸਿਊਟੀਕਲਸ ਡਾਕਟਰਸ, ਫਾਰਮੇਸੀ ਕੰਸਰਨ ਡਾਕਟਰਸ, ਔਰ ਪੂਰੀ ਦੁਨੀਆਂ ਦੇ ਜਿਹੜੇ ਭਗਤ, ਪੂਰੀ ਦੁਨੀਆਂ ਦੇ ਵਿੱਚ ਜਿਹੜੇ ਰੱਬ ਨੂੰ ਯਾਦ ਕਰਨ ਵਾਲੇ, ਆਪਣੇ ਇਸ ਨੂੰ ਯਾਦ ਕਰਨ ਵਾਲੇ, ਉਹਨਾਂ ਨੇ ਇੱਕ ਠੀਕ ਹੋਣ ਵਾਲੀ ਸਥਿਤੀ ਨੂੰ, ਠੀਕ ਹੋਣ ਵਾਲੇ ਇਸ ਪੈਰਾਮੀਟਰ ਨੂੰ 1% ਵਾਧੂ ਕਰ ਦਿੱਤਾ, ਕਿਉਂਕਿ ਜ਼ਿਆਦਾ ਮੌਤਾਂ ਨੈਚੁਰਲੀ ਜਿਹਨਾਂ ਨੂੰ ਵੈਂਟੀਲੇਟਰ ਚਾਹੀਦੇ ਨੇ, ਸੀਰੀਅਸ ਨੇ, ਉਹ ਕ੍ਰਿਟੀਕਲ ਨੇ, ਉਹਨਾਂ ਦੇ ਵਿੱਚ ਪੂਰੀ ਦੁਨੀਆਂ ਦੇ ਵਿੱਚ 1% ਦੀ ਇਜਾਫਾ ਹੋਇਆ। ਤੇ ਅਗਲੀਆਂ ਫਿਗਰ ਦੱਸਣ ਤੋਂ ਪਹਿਲਾਂ ਮੈਂ ਜਿਹੜਾ ਇਹ ਕੋਰੋਨਾ ਵਾਇਰਸ ਇਹ ਇੰਨਾ ਸੀਰੀਅਸ ਕਿਉਂ ਹੈ, ਇਹਦੇ 3 ਫੈਕਟਰ ਹੈਗੇ ਆ। ਟ੍ਰਾਂਸਮਿਸ਼ਨ ਰੇਟ ਇਹਦਾ ਬਹੁਤ ਜ਼ਿਆਦਾ ਹੈ, ਨੰਬਰ ਆਫ ਨਿਊਲੀ ਇਨਫੈਕਟਡ ਪੀਪਲਸ ਫਰੋਮ ਏ ਸਿੰਗਲ ਕੇਸ, ਦੈਟ ਇਜ਼ ਮੈਂ ਪਰਸਨਲ ਫਿਗਰ ਕਹੀ ਸੀਗੀ 69,000 ਇਨ 2 ਵੀਕਸ ਹੈਗੇ। ਨੰਬਰ 2 ਤੇ ਇਹ ਕੇਸ ਫਰਟੀਲਿਟੀ ਰੇਟ ਜਿਹੜਾ ਹੈਗਾ, ਪਰਸੈਂਟੇਜ ਆਫ ਕੇਸਿਸ ਦੈਟ ਰਿਜ਼ਲਟਸ ਇਨ ਟੂ ਡੈਥ ਦੈਟ ਆਰ ਮੋਰ, ਦੈਟਸ ਵਾਈ ਦ ਮਾਰਸ ਐਂਡ ਦ ਜਿਹੜੀ ਸਾਰਸ ਬਿਮਾਰੀ ਉਹਦੇ ਚਾਹੇ 10% ਹੈ ਚਾਹੇ 34%, ਪਰ ਇਹ ਇੰਨੇ ਜ਼ਿਆਦਾ ਡੈਥ ਰੇਟ ਹੋਣ ਦੇ ਬਾਵਜੂਦ ਵੀ ਪੂਰੀ ਦੁਨੀਆਂ ਦੇ ਉੱਤੇ ਇੰਨੇ ਕੇਸ ਮਹਾਮਾਰੀ ਦੇ ਨਹੀਂ ਹੋਏ ਸੀ ਜਿੰਨੇ ਕਿ ਇਹ ਇਹ 3 ਮਹੀਨਿਆਂ ਦੇ ਵਿੱਚ ਹੀ ਇਹ ਪੂਰੀ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ, 202 ਮੁਲਕਾਂ ਨੂੰ ਵਕਤ ਪਾ ਕੇ ਰੱਖ ਦਿੱਤਾ। ਤੀਸਰਾ ਹੈਗਾ ਡਿਟਰਮਿਨ ਵੈਦਰ ਇਹ ਸਿਮਟੋਮੈਟਿਕ ਟ੍ਰਾਂਸਮਿਸ਼ਨ ਇਜ਼ ਪੋਸੀਬਲ, ਜਿਹੜੇ ਹੈਲਦੀ ਨੇ 48% ਜਿਹੜੇ ਹੈਲਦੀ ਨੇ, ਇੱਥੇ ਵੀ ਆਪਾਂ ਡਿਸਕਸ਼ਨ ਕਰਨ ਜਾ ਰਹੇ ਹਾਂ, ਉਹ ਹੀ ਇਹਦਾ ਮੇਜਰ ਫੈਕਟਰ ਹੈ ਕਿ ਪਤਾ ਨਹੀਂ ਹੈ ਕਿ ਕੌਣ ਸਾਡੇ ਚੋਂ ਸਟੂਡੀਓ ਚ ਬੈਠਣ ਚੋਂ ਕੌਣ ਬਾਹਰ ਜਿਹੜਾ ਪੋਜ਼ਿਟਿਵ ਕੇਸ ਹੋ ਸਕਦਾ, ਔਰ ਪੋਜ਼ਿਟਿਵ ਕੇਸ ਵੀ ਅਸਿਮਟੋਮੈਟਿਕ ਹੋ ਸਕਦਾ। ਦਿਸ ਇਜ਼ ਦਾ ਮੋਸਟ ਇੰਪੋਰਟੈਂਟ। ਮੇਰੇ ਨਾਲ ਨੇ ਅੱਜ ਡਾਕਟਰ ਸੋਨਾਕਸ਼ੀ, ਡਾਕਟਰ ਗੁਨਾਮ, ਸਿਸਟਰ ਸੁਨੀਤਾ ਐਂਡ ਮੇਰੇ ਪਿਆਰੇ ਅਮਨ ਸਾਡੇ ਕੈਮਰਾਮੈਨ। ਔਰ ਸ਼ੁਰੂ ਦੇ ਵਿੱਚ ਮੈਂ ਜੁਮੈਟਿਕਲ ਪ੍ਰੋਗਰੈਸ਼ਨ ਦੀ ਗੱਲ ਕੀਤੀ ਸੀਗੀ, ਉੱਥੇ ਮੈਂ ਅੱਜ ਤੁਹਾਨੂੰ ਥੋੜ੍ਹੀ ਜਿਹੀ ਸਟੱਡੀ ਦਿੰਦਾ ਕਿ 8 ਅਪ੍ਰੈਲ ਨੂੰ ਜਿੱਥੇ 88,457 ਕੇਸ ਨੇ, 8% ਦੀ ਡੈਥ ਨਾ ਹੈ, ਉਹ ਤੋਂ ਪਿਛਲੇ ਜੇ ਬੁੱਧਵਾਰ ਦੀ ਗੱਲ ਕਰੀਏ ਤਾਂ 47,203 ਸੀਗੇ, 12% ਸੀਗੇ, ਉਸ ਤੋਂ ਪਿਛਲੇ ਬੁੱਧਵਾਰ ਦੀ ਗੱਲ ਕਰੀਏ ਤਾਂ 25 ਮਾਰਚ ਨੂੰ 21,283 ਸੀਗੇ, ਜੇ ਉਸ ਤੋਂ ਪਿਛਲੇ ਬੁੱਧਵਾਰ ਦੀ ਗੱਲ ਕਰੀਏ ਤਾਂ 18 ਮਾਰਚ ਨੂੰ 8,955 ਸੀਗੇ, ਉਸ ਤੋਂ ਪਿਛਲੇ ਬੁੱਧਵਾਰ ਦੀ ਗੱਲ ਕਰੀਏ ਤਾਂ 11 ਮਾਰਚ ਨੂੰ ਸਿਰਫ ਪੂਰੀ ਦੁਨੀਆਂ ਦੇ ਵਿੱਚ 4,28 ਕੇਸ ਸੀਗੇ, ਉਸ ਤੋਂ ਪਿਛਲੇ ਬੁੱਧਵਾਰ ਦੀ ਗੱਲ ਕਰੀਏ ਤਾਂ 4 ਤਰੀਕ ਨੂੰ ਸਿਰਫ 3285 ਕੇਸ ਸਨ। ਪਹਿਲਾ ਕੇਸ ਜਿਹੜਾ ਕਿ ਇੰਡੀਆ ਦਾ 30 ਜਨਵਰੀ ਨੂੰ ਆਇਆ ਸੀਗਾ, ਪਹਿਲੀ ਮੌਤ ਵੀ ਇਹਦੇ ਲਾਗੇ ਛਾਗੇ ਹੋਈ ਸੀਗੀ। ਜੋ ਮੈਡੀਕਲ ਪ੍ਰੋਗਰੈਸ਼ਨ ਕੀ ਹੈ, ਮੈਂ ਥੋੜਾ ਜਿਹਾ ਸਪੀਡ ਦੇ ਵਿੱਚ ਗੱਲ ਕਰ ਲੈਂਦਾ, ਕਈ ਵਾਰ ਸਮਝਣ ਲੱਗੇ ਥੋੜੀ ਜਿਹੀ ਮੁਸ਼ਕਲ ਆਉਂਦੀ ਹੈ। 2×4, 4×4 16,256 ਕਈ ਦਿਨ ਪਹਿਲਾਂ ਅਸੀਂ 65,536 ਸੀਗੇ, 65,536×65,536 4,29,49,67,296 ਬਣਦੇ ਆ। ਦਿਸ ਇਜ ਜੁਮੈਟਿਕਲ ਪ੍ਰੋਗਰੈਸ਼ਨ। ਦੇਖੋ
ਇੱਕ ਮਹੀਨਾ ਪਹਿਲਾਂ ਕਿੱਥੇ ਜਿਹੜੀ ਪਿਛਲੇ ਜੇ ਡਿਸਕਸ ਕਰੀਏ ਤਾਂ ਇੱਥੇ ਡਾਕਟਰ ਸੋਨਾਕਸ਼ੀ ਉਹਨਾਂ ਨੂੰ ਪੁੱਛਣਾ ਚਾਹੋਗੇ, ਦੇਖੋ 47,203 ਕੇਸ ਸੀਗੇ 1 ਅਪ੍ਰੈਲ ਨੂੰ, ਅੱਜ 8 ਅਪ੍ਰੈਲ ਨੂੰ 88,457, ਇਹ ਤਕਰੀਬਨ ਡਬਲ ਹੈ। ਜੇ ਇਹ ਪ੍ਰੋਗਰੈਸ਼ਨ ਡਾਕਟਰ ਸੋਨਾਕਸ਼ੀ ਸਟੂਡੀਓ ਤੋਂ ਆਪਣੇ ਸ਼ੂਟਿੰਗ ਤੋਂ ਪਹਿਲਾਂ ਦੱਸ ਰਹੇ ਸੀਗੇ, ਜੇ ਇਸੇ ਸਪੀਡ ਨਾਲ ਅੱਗੇ ਅਸੀਂ ਵਧੇ ਤੇ 15 ਅਪ੍ਰੈਲ ਨੂੰ, 15 ਅਪ੍ਰੈਲ ਨੂੰ ਪੂਰੀ ਦੁਨੀਆ ਦੇ ਵਿੱਚ 1,076,914 ਮੌਤਾਂ ਹੋਣ ਜਾ ਰਹੀਆਂ। ਇਹ ਮੈਂ ਡਰਾ ਨਹੀਂ ਰਿਹਾ, ਇਹ ਇਹ ਫਿਗਰ ਇੱਥੇ ਵੱਧਦੀ ਜਾ ਰਹੀ ਹੈ। ਔਰ ਇਹੀ ਜੇ ਸਥਿਤੀ ਰਹੀ 22 ਅਪ੍ਰੈਲ ਨੂੰ 3,53,828 ਮੌਤਾਂ ਹੋ ਸਕਦੀਆਂ। ਇਹ ਮੌਤਾਂ ਦਾ ਜ਼ਿੰਮੇਵਾਰ ਸਿਰਫ ਤੇ ਸਿਰਫ ਅਸੀਂ ਸਾਰੇ ਹੋਵਾਂਗੇ, ਪੂਰੀ ਦੁਨੀਆ ਦੇ ਜਿਹੜੇ ਕਿ ਲਾਕਡਾਊਨ ਨੂੰ, ਜਿਹੜੇ ਕਿ WHO ਦੇ ਰਿਕਮੈਂਡੇਸ਼ਨ ਨੂੰ ਨਹੀਂ ਮੰਨ ਰਹੇ, ਇਹਦੀ ਜਵਾਬਦੇਹੀ ਇਹ ਇਹਦਾ ਹਿਸਾਬ ਤਾਂ ਹਰੇਕ ਨੂੰ ਦੇਣਾ ਪਏਗਾ। ਤੇ ਆਪਣੇ ਇਹਦੇ ਵਿੱਚ ਫਿਗਰਸ ਦੇ ਗੱਲ ਤੋਂ ਪਹਿਲਾਂ, ਕਿਉਂਕਿ ਫਿਗਰਸ ਨਾਲ ਤਾਂ ਕਈ ਵਾਰ ਲੱਗਦਾ ਕਿ ਆਪਾਂ ਰੋਜ਼ ਹੀ ਆਪਾਂ ਫਿਗਰਸ ਸੁਣ ਸੁਣ ਕੇ ਬੋਰ ਹੋ ਜਾਣ ਰਹੇ, ਔਰ ਮੈਂ ਅੱਜ ਸ਼ਾਰਟ ਵੀਡੀਓ ਰਿਕਾਰਡ ਕਰਨ ਜਾ ਰਿਹਾ। ਡਾਕਟਰ ਗੁਰਨਾਮ ਹੋਣੀ ਸਾਡੇ ਬਹੁਤ ਹੀ ਐਕਸਪਰਟ, ਬਹੁਤ ਹੀ ਅੱਛੇ ਸਾਡੇ ਟੀਮ ਦੇ, ਕਾਲੇ ਸਿੰਘ ਟੀਮ ਦੇ ਡਾਕਟਰਸ ਨੇ, ਡੈਡੀਕੇਟਡ ਡਾਕਟਰਸ ਨੇ। ਮੇਰੀ ਕਾਲੇ ਸਿੰਘ ਦੀ ਟੀਮ ਪੂਰੀ ਦੁਨੀਆ ਦੇ ਵਿੱਚ ਮੈਂ ਕਹਿ ਸਕਦਾ, ਪੂਰੀ ਦੁਨੀਆ ਦੇ ਵਿੱਚ ਕਹਿ ਸਕਦਾ ਦ ਬੈਸਟ ਟੀਮ ਆਈ ਹੈਵ ਇਨ ਕਾਲਾ ਸਿੰਘ, ਕਵਰਿੰਗ ਦ 180 ਵਿਲੇਜਸ ਅਰਾਊਂਡ ਦਾ ਕਪੂਰਥਲਾ। ਅੱਛਾ ਡਾਕਟਰ ਸਾਹਿਬ, ਤੁਸੀਂ ਦੱਸੋ ਪਹਿਲਾਂ ਮੈਨੂੰ ਵੀ ਇਹ ਗਲਤ ਧਾਰਨਾਵਾਂ ਜਿਹੀਆਂ ਜਿਹੜੀਆਂ ਆਮ ਲੋਕਾਂ ਦੇ ਵਿੱਚ ਹੈਗੀਆਂ, ਉਹਦੇ ਵਿੱਚ ਉਹ ਗਰਮ ਪਾਣੀ ਵਾਲਾ ਕੀ ਹਿਸਾਬ ਹੈ ਤੇ ਗਰਮ ਜਿਹੜਾ ਕਿ ਵਾਤਾਵਰਨ ਵਾਲਾ ਕੀ ਹਿਸਾਬ ਹੈ ਦੱਸੋ ਤਾਂ। ਸਰ ਇੱਦਾਂ ਆ ਵੀ ਆਪਾਂ ਲੋਕੀ ਮੰਨ ਰਹੇ ਆ ਵੀ ਗਰਮ ਪਾਣੀ ਦੇ ਨਹਾਉਣ ਨਾਲ ਆਪਾਂ COVID-19 ਦੀ ਇਨਫੈਕਸ਼ਨ ਤੋਂ ਬਚ ਸਕਦੇ ਹਾਂ, ਬਟ ਇੱਦਾਂ ਨਹੀਂ ਹੈਗਾ, ਐਕਚੁਅਲ 'ਚ ਇਫੈਕਟ ਨਹੀਂ ਹੈਗਾ, ਇਹ ਗਲਤ ਧਾਰਨਾ ਆ। ਗਰਮ ਪਾਣੀ ਦੇ ਸਰ ਨਹਾਉਣ ਦੇ ਨਾਲ ਇਸ ਤਰ੍ਹਾਂ ਬਿਲਕੁਲ ਨਹੀਂ ਹੋਏਗਾ। ਤੇ ਸਰ ਸੈਕਿੰਡਲੀ ਸਰ ਇਹ ਹੈਗਾ ਵੀ ਜਿਹੜਾ ਆਪਣਾ ਬੋਡੀ ਟੈਂਪਰੇਚਰ, ਜੇ ਆਪਾਂ ਗਰਮ ਪਾਣੀ ਨਹਾਉਂਦੇ ਹਾਂ ਤਾਂ 36.5 to 37 ਤੱਕ ਡਿਗਰੀ ਸੈਲਸੀਅਸ ਤੱਕ ਹੀ ਰਹੂਗਾ, ਤੇ ਸਰ ਇਹਦੇ ਨਾਲ ਕੋਵਿਡ ਤੋਂ ਬਚਿਆ ਨਹੀਂ ਜਾ ਸਕਦਾ। ਅੱਛਾ ਆ ਮੇਰੇ ਕੋਲ ਵੀ ਗੱਲ ਆਈ ਹੋ ਚੁੱਕੀ ਹੈ, ਥਰਮੋਸਕੈਨ ਸਾਰੇ ਇੰਟਰਨੈਸ਼ਨਲ ਏਅਰਪੋਰਟਸ ਤੇ ਵੀ ਹੈ, ਅਸੀਂ ਵੀ ਇੱਥੇ ਚੈੱਕ ਮੱਥੇ ਤੇ ਕਰ ਸਕਦੇ ਹਾਂ ਵੀ ਕਿੰਨਾ ਟੈਂਪਰੇਚਰ ਹੈਗਾ। ਲੈ ਵੀ ਅਮਨ ਦਾ ਇਸ ਵੇਲੇ 36.8 ਹੈਗਾ, ਗ੍ਰੀਨ ਆ ਗਿਆ, ਰੈੱਡ ਦੇ ਵਿੱਚ ਹੋ ਗਿਆ, ਯੈਲੋ ਹੋ ਗਿਆ। ਇਹ 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 ਕਿੱਥੇ ਤੱਕ ਵਰਤਣਾ ਸਹੀ ਹੈ ਜਾਂ ਟੈਂਪਰੇਚਰ ਨਾਲ, ਜਿਹਦਾ ਟੈਂਪਰੇਚਰ ਸਹੀ ਹੈ ਕਿੰਨਾ ਕੁ ਸੇਫ ਹੈ ਕਿੰਨਾ, ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਸਰ ਇਹ ਜਸਟ ਆਪਣਾ ਬੋਡੀ ਟੈਂਪਰੇਚਰ ਦੱਸਦਾ ਹੈ, ਨਾ ਕਿ ਆਪਾਂ ਨੂੰ ਇਹ ਦੱਸਦਾ ਕਿ ਵੈਦਰ ਦਾ ਪਰਸਨ ਇਜ਼ ਇਨਫੈਕਟਡ ਵਿਦ ਦਾ COVID-19 ਔਰ ਨਾਟ। ਸਰ ਇਹ ਜਸਟ ਆਪਣੀ ਬੋਡੀ ਟੈਂਪਰੇਚਰ ਦੱਸਦਾ ਹੈਗਾ ਬੋਡੀ ਦਾ, ਤੇ ਜੇ ਕੋਈ ਬੰਦਾ ਇਨਫੈਕਟਡ ਆ ਤਾਂ ਉਹਨੂੰ ਫੀਵਰ ਸਿਰਫ ਉਦੋਂ ਹੋਊਗਾ 2 to 10 ਦਿਨ ਦੇ ਵਿੱਚ ਵਿੱਚ, ਦੈਟ ਇਜ਼ ਦਾ ਇਨਕੂਬੇਸ਼ਨ ਪੀਰੀਅਡ ਆਫ ਦਾ COVID-19। ਤੇ ਸਰ ਇਹਦਾ ਮਤਲਬ ਜੇ ਕਿਸੇ ਦਾ ਟੈਂਪਰੇਚਰ ਜ਼ਿਆਦਾ ਇਹਦਾ ਮਤਲਬ ਘੱਟ ਆ, ਇਹਦਾ ਮਤਲਬ ਇਹ ਨਹੀਂ ਕਿ ਉਹ ਇਨਫੈਕਟਡ ਨਹੀਂ ਹੈਗਾ, ਜੇ ਜ਼ਿਆਦਾ ਆ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਉਹ ਇਨਫੈਕਟਡ ਹੈਗਾ COVID-19 ਨਾਲ। ਇਹਦਾ ਸਭ ਤੋਂ ਬੈਸਟ ਇਹੀ ਹੈ ਕਿ ਤੁਸੀਂ ਲੈਬੋਰਟਰੀ ਟੈਸਟ ਕਰਵਾਓ, ਫਿਰ ਹੀ ਕਨਫਰਮ ਹੋ ਸਕਦਾ COVID-19 ਇਹਦੇ ਨਾਲ, ਬਿਲਕੁਲ ਨਹੀਂ ਸਰ। ਠੀਕ ਹੈ ਡਾਕਟਰ ਗੁਰਨਾਮ ਹੁਣੀ, ਇੱਕ ਹੋਰ ਤੁਹਾਨੂੰ ਭੁਲੇਖੇ ਚ ਪਾਉਣ ਜਾ ਰਿਹਾ, ਜਿਸ ਤੋਂ ਮੈਂ ਸਟੇਜ ਕਰਾਂਗਾ, ਹਰੇਕ ਨੂੰ ਟੈਸਟ ਕਰਾਉਣ ਦੀ ਲੋੜ ਨਹੀਂ ਹੈ, ਨਾ ਵਰਲਡ ਦੇ ਵਿੱਚ ਇੰਨੀਆਂ ਟੈਸਟ ਕਿੱਟਾਂ ਨੇ, ਨਾ ਹਸਪੀਟਲਾਂ 'ਚ ਇੰਨਾ, ਕੱਲ ਨੂੰ ਦੌੜਨਾ ਪਿਆ ਵੀ ਟੈਸਟ ਕਰਾਉਣ ਦੀ ਗੱਲ ਹੈ। ਲੇਕਿਨ ਜਿਹਨੂੰ ਬੁਖਾਰ ਨਹੀਂ ਹੈ ਉਹ ਵੀ ਪੋਜ਼ਿਟਿਵ ਹੋ ਸਕਦਾ। ਸਾਡੇ ਕਪੂਰਥਲੇ ਦਾ ਪਹਿਲਾ ਹੀ ਕੇਸ, ਬੱਚਾ 17-18 ਸਾਲ ਦੀ ਉਮਰ, ਇਹ ਸਿਮਟੋਮੈਟਿਕ ਹੈ ਲੇਕਿਨ ਪੋਜ਼ਿਟਿਵ ਹੈ, ਲੇਕਿਨ ਪੋਜ਼ਿਟਿਵ ਹੈ। ਲੇਕਿਨ ਜਿਹੜੇ 3 ਫੀਚਰਸ ਨੇ, 3 ਫੀਚਰਸ ਦੱਸੋ ਕਿਹੜੇ ਕਿਹੜੇ ਨੇ? ਕਫ, ਡਿਫਿਕਲਟੀ ਇਨ ਬਰੀਥਿੰਗ ਐਂਡ ਫੀਵਰ। ਨੋ ਡਾਊਟ ਉਹਨੂੰ ਮਲੇਸ ਹੋ ਸਕਦਾ, ਬਾਡੀ ਐਕਸ ਹੋ ਸਕਦੀ ਹੈ, ਨੋ ਡਾਊਟ ਉਹਨੂੰ ਟੱਟੀਆਂ ਉਲਟੀਆਂ ਤੱਕ ਹੋ ਸਕਦੀਆਂ, ਨੋ ਡਾਊਟ ਉਹਨੂੰ ਹੋਰ ਵੀ ਸਰੀਜ਼ਿੰਗ ਰਨਾਈਟਸ ਆਪਣੇ ਨੱਕ ਵਗਣਾ ਹੋ ਸਕਦਾ। ਲੇਕਿਨ 48% ਅਸਿਮਟੋਮੈਟਿਕਸ ਨੂੰ ਨਹੀਂ ਕੁਛ ਵੀ ਹੋਏਗਾ, ਇਸੇ ਕਰਕੇ ਇਹ ਲੋਕਡਾਊਨ ਕੀਤਾ। ਲੋਕਡਾਊਨ ਕਿਉਂ ਕੀਤਾ, ਇਹਨੂੰ ਆਪਾਂ ਕਿਉਂ ਕਿਉਂ ਇੰਪਲੀਮੈਂਟ ਕਰਨਾ, ਇਹਦੇ ਲਈ ਦੋ ਸ਼ਬਦ ਜੇ ਡਾਕਟਰ ਸੋਨਾਕਸ਼ੀ ਕਹਿਣਾ ਚਾਹੁਣ, ਸੀਰੀਅਸਨੈਸ ਆਫ ਦਾ ਲੋਕਡਾਊਨ, ਔਰ ਇੱਕ ਐਡਵਾਈਸ ਦੇ ਦਿਓ ਵੀ ਲੋਕਡਾਊਨ ਚ ਕਿਉਂ ਸਾਨੂੰ ਰਹਿਣਾ ਜ਼ਰੂਰੀ ਹੈ। ਡਾਕਟਰ ਸੋਨਾਕਸ਼ੀ, ਸਰ ਲੋਕਡਾਊਨ ਵਿੱਚ ਤਾਂ ਰਹਿਣਾ ਜ਼ਰੂਰੀ ਹੈ ਕਿਉਂਕਿ ਜਿਹੜੀ ਆਪਾਂ ਦੀ ਟ੍ਰਾਂਸਮਿਸ਼ਨ ਹੈ ਅੱਗੇ ਤੋਂ ਅੱਗੇ, ਮਤਲਬ ਇੱਕ ਕੰਟੈਕਟ ਥਰੂ ਜਿਹੜੀ ਹੋ ਰਹੀ ਹੈ ਉਹ ਆਪਾਂ ਰੋਕ ਸਕੀਏ, ਵੀ ਇੱਕ ਤੋਂ ਦੂਜੇ ਨੂੰ ਨਾ ਅੱਗੇ ਨਾ ਵਧੇ। ਕਿਉਂਕਿ ਇਹ ਹੈ ਕਿ ਨੋਰਮਲੀ ਲੋਕ ਜਿੱਦਾਂ ਬਾਹਰ ਝੁੰਡ ਦੇ ਵਿੱਚ ਰਹਿ ਰਹੇ ਆ ਤਾਂ ਇੱਕ ਦੂਜੇ ਤੋਂ ਇਹ ਹੋ ਜਾਂਦਾ ਇੱਕ ਦੂਜੇ ਨੂੰ, ਇਸ ਕਰਕੇ ਉਸ ਚੀਜ਼ ਨੂੰ ਰੋਕਣ ਦੇ ਲਈ ਅੱਗੇ ਨਾ ਫੈਲੇ ਇਹ, ਤਾਂ ਕਰਕੇ ਆਪਾਂ ਨੂੰ ਲੋਕਡਾਊਨ ਜ਼ਰੂਰੀ ਹੈ। ਵੈਰੀ ਵੈਰੀ, ਅੱਜ ਦਾ ਜਿੰਨਾ ਥੀਮ ਹੈ ਸਾਡਾ ਇਸ ਸਟੋਰੀ ਦਾ, ਡਾਕਟਰ ਸੋਨਾਕਸ਼ੀ ਦੀ ਗੱਲ ਹੈ ਕਿ ਜਿੰਨਾ ਚਿਕਰ ਅਸੀਂ ਬ੍ਰੇਕ ਦਾ ਚੇਨ, ਜਿੰਨਾ ਚਿਕਰ ਅਸੀਂ ਉਸ ਇਨਫੈਕਸ਼ਨ ਨੂੰ ਇਨਕੈਪਸੂਲੇਟਡ ਨਹੀਂ ਕਰ ਲੈਂਦੇ, ਕਿਤੇ ਆ ਗਿਆ ਤਾਂ ਉਹ ਇੱਕੋ ਘਰ ਤੱਕ ਸੀਮਤ ਕਰ ਦਿੰਦੇ, ਆ ਗਿਆ ਤਾਂ ਇੱਕੋ ਪਿੰਡ ਤੱਕ ਸੀਮਤ ਨਹੀਂ ਕਰਦੇ, ਆ ਗਿਆ ਤਾਂ ਇੱਕ ਜ਼ਿਲ੍ਹੇ ਤੱਕ ਜਿੰਨਾ ਚਿਕਰ ਸੀਮਤ ਨਹੀਂ ਕਰ ਸਕਦੇ, ਉਦੋਂ ਤੱਕ ਇਹ ਮਹਾਮਾਰੀ ਲਪੇਟ 'ਚ ਚਾਹੇ 200 ਮੁਲਕ ਖਤਮ ਹੋ ਗਿਆ, ਲੇਕਿਨ ਪਾਪੂਲੇਸ਼ਨ ਇਹ ਇਨਕਰੀਜ਼ ਡੋਮੈਟਿਕ ਓਪਰੇਸ਼ਨ ਹੁੰਦੀ ਰਹੇਗੀ। ਮੈਂ ਹੁਣ
ਬਾਕੀ ਦੀਆਂ ਫਿਗਰਸ ਪੜ੍ਹਦਾ ਵਾ, ਉਸ ਤੋਂ ਬਾਅਦ ਸਿਸਟਰ ਸੁਨੀਤਾ ਜੀ ਤੁਹਾਨੂੰ ਰੂਬਰੂ ਹੋਣਗੇ। ਅੱਜ ਅਮਰੀਕਾ ਕਈਆਂ ਦਿਨਾਂ ਤੋਂ ਜਿੱਦਾਂ ਟੌਪ ਕਰ ਰਿਹਾ ਸੀਗਾ, 4,35,160 ਕੇਸ ਨੇ ਨਵੇਂ ਆਏ, 233 ਮੌਤਾਂ ਹੋ ਚੁੱਕੀਆਂ, 14,997 ਨਵੀਆਂ ਮੌਤਾਂ, 9 ਰਿਕਵਰ ਹੋਏ ਨੇ, 22,891 ਐਕਟਿਵ ਕੇਸ ਨੇ, 397,472 9,89 ਕੇਸ ਹਜੇ ਵੀ ਸੀਰੀਅਸ ਕੰਡੀਸ਼ਨਸ ਨੇ। ਸਪੇਨ ਦੂਜੇ ਨੰਬਰ ਤੇ 1,52,446 ਟੋਟਲ ਕੇਸ ਨੇ, ਨਵੇਂ ਆਏ 4,426। ਸਪੇਨ ਬਹੁਤ ਹੀ ਮਾਰ ਝੱਲ ਰਿਹਾ ਮਹਾਂਮਾਰੀ ਦੀ, ਮੌਤਾਂ ਹੋ ਚੁੱਕੀਆਂ 15,238 ਨਵੀਆਂ ਮੌਤਾਂ ਪਿਛਲੇ 24 ਘੰਟੇ ਤੋਂ, 446 ਨੇ ਰਿਕਵਰ ਹੋ ਚੁੱਕੇ ਨੇ, 52,165 85,443 ਕੇਸ ਉੱਥੇ ਐਕਟਿਵ ਨੇ, 7,079 ਕੇਸ ਉੱਥੇ ਸੀਰੀਅਸ ਨੇ। ਇਟਲੀ 1,39,422 ਕੋਈ ਨਵਾਂ ਕੇਸ ਨੇ। ਇਟਲੀ, ਜਰਮਨ, ਫਰਾਂਸ, ਇਰਾਨ, ਇੰਗਲੈਂਡ, ਇਹ 4-5 ਮੁਲਕ ਨੇ ਜਿਨ੍ਹਾਂ ਨੇ ਬਹੁਤ ਇਸ ਮਹਾਂਮਾਰੀ ਨੂੰ ਚੱਲਿਆ, ਲੇਕਿਨ ਉਸ ਪਰਮ ਪਿਤਾ ਪਰਮਾਤਮਾ ਉਸ ਇਹਨਾਂ ਦੇ ਆਪਣੇ ਸਾਇੰਟਿਸਟਾਂ ਦੀ ਸਹੀ ਅਪਰੋਚ ਦੇ ਨਾਲ, ਡਾਕਟਰਸ ਦੀ ਸਹੀ ਕੋਆਰਡੀਨੇਸ਼ਨ ਆਫ ਦ ਟੀਮ ਦੇ ਨਾਲ, ਲੋਕਾਂ ਦਾ ਡਾਕਟਰਸ ਦੇ ਨਾਲ ਸਾਥ ਦੇਣ ਦੇ ਨਾਲ, ਐਡਮਿਨਿਸਟ੍ਰੇਸ਼ਨ ਦਾ ਡਾਕਟਰਸ ਪ੍ਰਤੀ ਸੀਰੀਅਸਨੈਸ, ਕਿਉਂਕਿ ਜਿੰਨਾ ਚਿਰ ਐਡਮਿਨਿਸਟ੍ਰੇਸ਼ਨ ਜਿਹੜੇ ਫਰੰਟ ਲਾਈਨ ਸਾਡੇ ਵਰਕਰ ਨੇ ਦੁਨੀਆਂ ਦੇ ਵਿੱਚ, ਕਿਤੇ ਵੀ ਜਿਹੜੇ ਫਰੰਟ ਲਾਈਨ ਡਾਕਟਰਸ ਨੇ, ਉਹਨਾਂ ਲਈ ਐਡਮਿਨਿਸਟ੍ਰੇਸ਼ਨ ਗੌਰਮੈਂਟ ਆਫ ਦੈਟ ਕੰਟਰੀ ਉਹ ਸੀਰੀਅਸ ਨਹੀਂ ਹੁੰਦੀ, ਉਹਨਾਂ ਨੂੰ ਪ੍ਰੋਪਰ ਇਕੁਪਮੈਂਟ ਨਹੀਂ ਉਹ ਪ੍ਰੋਵਾਈਡ ਕਰਦੇ, ਤਾਂ ਸ਼ੁਰੂ ਦੇ ਵਿੱਚ 40% ਮੌਤਾਂ ਸਿਰਫ ਤੇ ਸਿਰਫ ਡਾਕਟਰਸ ਪਹਿਲਾਂ ਸਫ਼ਰ ਕੀਤੇ ਸੀਗੇ, 8% ਸਾਡੇ ਫਰੰਟ ਲਾਈਨ ਵਰਕਰਸ ਆਲ ਓਵਰ ਵਰਲਡ ਸਫ਼ਰ ਕਰ ਚੁੱਕੇ ਆ, ਲੇਕਿਨ ਪੂਰੀ ਦੁਨੀਆਂ 'ਚ ਜਦੋਂ ਸਾਨੂੰ ਸਾਡੇ ਮੁਲਕ ਤੱਕ ਇਹ ਮਾਰ ਪਹੁੰਚਦੀ ਹੈ, ਤੇ ਉਹ ਜਿਹੜੇ ਲੋਕਾਂ ਨੇ ਮਾਰ ਖਾਧੀ ਸੀਗੀ, ਅਸੀਂ ਉਹਨਾਂ ਤੋਂ ਸਿੱਖ ਕੇ ਇਸ ਦੇਸ਼ ਦੇ ਵਿੱਚ ਅਸੀਂ ਉਹ ਨਹੀਂ ਹੋਣ ਦਿੱਤਾ, ਇਹ ਸਾਰੀ ਸਾਡੇ ਪਰਮ ਪਿਤਾ ਪਰਮਾਤਮਾ ਦੀ ਹੀ ਕਿਰਪਾ ਹੈ, ਅੱਲਾ ਮੌਲਾ ਗੋਡ ਜਿਹੜਾ ਕਿ ਸੱਚੀ ਮੁੱਚੀ ਇੱਥੇ ਇੰਡੀਆ ਪੰਜਾਬ ਦੇ ਵਿੱਚ ਜ਼ਿਆਦਾ ਜਿਹੜੀ ਮਿਹਰ ਹੈ ਉਹਦੇ ਕਰਕੇ ਅਸੀਂ ਬਚਾ ਪਾਏ। ਜਰਮਨ ਜਿਹੜਾ ਹੈਗਾ 1,13,296 ਨਵੀਂ ਕੋਈ ਕੇਸ ਨਹੀਂ ਹੈ, 2,349 ਕੇਸ ਮੌਤਾਂ ਹੋ ਚੁੱਕੀਆਂ, ਨਵੀਂ ਮੌਤ ਕੋਈ ਨਹੀਂ ਹੈ ਉੱਥੇ, ਰਿਕਵਰ ਹੋ ਚੁੱਕੇ 46,300 ਐਕਟਿਵ ਕੇਸ ਨੇ, 64,647 ਔਰ ਸੀਰੀਅਸ ਨੇ 48,95। ਫਰਾਂਸ ਦੀ ਗੱਲ ਕਰੀਏ, 5ਵੇਂ ਨੰਬਰ ਤੇ 1,12,950 ਨੇ ਨਵੇਂ ਕੋਈ ਕੇਸ ਨਹੀਂ, 10,870 ਕੇਸ ਉੱਥੇ ਮੌਤਾਂ ਹੋ ਚੁੱਕੀਆਂ, ਨਵੀਂ ਮੌਤ ਕੋਈ ਨਹੀਂ ਹੈ, ਰਿਕਵਰ ਹੋ ਚੁੱਕੇ ਨੇ 1,254 ਐਕਟਿਵ ਨੇ, 80,827 ਸੀਰੀਅਸ ਨੇ, ਕ੍ਰਿਟੀਕਲ ਨੇ 71,848। ਚਾਈਨਾ ਅੱਛੀ ਰਿਕਵਰੀ ਦੇ ਵਿੱਚ ਹੈਗਾ ਹੀ ਹੈ, ਲੇਕਿਨ ਉੱਥੇ ਵੀ ਨਵੇਂ ਕੇਸ ਆ ਰਹੇ ਨੇ, 81,865 ਨੇ ਨਵੇਂ ਕੇਸ, 63 ਨੇ, 3,335 ਮੌਤਾਂ ਜਿਹੜੀਆਂ ਜਿਹੜੇ 24 ਘੰਟਿਆਂ ਦੇ ਵਿੱਚ ਸਿਰਫ 2 ਨਵੇਂ ਮੌਤਾਂ ਨੇ, 77,370 ਉੱਥੇ ਰਿਕਵਰ ਹੋ ਚੁੱਕੇ ਨੇ, ਐਕਟਿਵ ਕੇਸ ਸਿਰਫ ਤੇ ਸਿਰਫ 1,160 ਨੇ, 176 ਸੀਰੀਅਸ ਨੇ। ਇਰਾਨ ਦੀ ਗੱਲ ਕਰੀਏ, 64,586 ਹੈ ਟੋਟਲ ਕੇਸ ਨੇ, ਨਵਾਂ ਕੇਸ ਕੋਈ ਨਹੀਂ ਹੈਗਾ, 3,993 ਮੌਤਾਂ ਹੋ ਚੁੱਕੀਆਂ, ਨਵੀਂ ਮੌਤ ਕੋਈ ਨਹੀਂ, 38,812 ਉੱਥੇ ਰਿਕਵਰ ਹੋ ਚੁੱਕੇ ਨੇ, 30,781 ਐਕਟਿਵ ਨੇ ਔਰ ਸੀਰੀਅਸ ਨੇ, 3,981 ਯੂਕੇ, 60,777 ਕੋਈ ਨਵਾਂ ਨਹੀਂ, 7,097 ਮੌਤਾਂ ਕੋਈ ਨਵੀਂ ਮੌਤ ਨਹੀਂ, ਬਹੁਤ ਸ਼ੁਕਰੀਆ ਉਹਨਾਂ ਦਾ ਪਰਮਾਤਮਾ ਨੂੰ ਬਲੈਤੀਏ, ਚਾਹੇ ਪੰਜਾਬੀ ਨੇ ਚਾਹੇ ਉਹ ਯੂਕੇ ਦੇ ਨੇ, ਉਹਨਾਂ ਦੇ ਉੱਤੇ ਕਈਆਂ ਦਿਨਾਂ ਤੋਂ ਹੁਣ ਰਹਿਮਤ ਚੱਲ ਰਹੀ ਹੈ, 135 ਉੱਥੇ ਰਿਕਵਰ ਕਰ ਚੁੱਕੇ ਨੇ, ਐਕਟਿਵ ਕੇਸ 53,501 ਨੇ ਔਰ ਸੀਰੀਅਸ ਕੇਸ 1,559 ਬੈਲਜੀਅਮ ਮਾਰ ਖਾ ਰਿਹਾ, ਕੁੱਲ ਮੌਤਾਂ ਹੋ ਚੁੱਕੀਆਂ 2,523, 283 ਮੌਤਾਂ ਪਿਛਲੇ 24 ਘੰਟਿਆਂ 'ਚ ਹੋ ਚੁੱਕੀਆਂ, ਨੀਦਰਲੈਂਡ ਮਾਰ ਖਾ ਰਿਹਾ, 2,396 ਮੌਤਾਂ ਪਹਿਲਾਂ ਹੋ ਚੁੱਕੀਆਂ ਸੀਗੀਆਂ, ਨਵੀਆਂ ਮੌਤਾਂ 24 ਘੰਟੇ 148 ਹੋ ਚੁੱਕੀਆਂ, ਸਵੀਡਨ ਮਾਰ ਖਾ ਰਿਹਾ, 793 ਕੇਸ ਪਹਿਲਾਂ ਮੌਤ ਦੇ ਮੂੰਹ 'ਚ ਜਾ ਚੁੱਕੇ ਸੀਗੇ, 106 ਹੋਰ ਚਲ ਗਏ, ਕੈਨੇਡਾ ਸਥਿਤੀ ਸੰਭਾਲ ਚੁੱਕਾ ਹੈ, 19,438 ਨੇ ਨਵਾਂ ਕੋਈ ਕੇਸ ਨਹੀਂ, 435 ਮੌਤਾਂ ਹੋਈਆਂ ਪਿਛਲੇ 24 ਘੰਟਿਆਂ 'ਚ, 8 ਮੌਤਾਂ ਹੋਈਆਂ, 4,653 ਰਿਕਵਰ ਹੋ ਚੁੱਕੇ ਨੇ ਔਰ 14,350 ਜਿਹੜੇ ਹੈਗੇ ਨੇ ਐਕਟਿਵ ਨੇ, 518 ਸੀਰੀਅਸ ਨੇ। ਹੁਣ ਵਾਰੀ ਆ ਗਈ ਆਪਣੇ ਮੁਲਕ ਇੰਡੀਆ ਦੀ, 6,237 ਮੁਲਕ ਨੇ, 6,237 ਕੇਸ ਨੇ, 321 ਨਵੇਂ ਨੇ, 186 ਮੌਤਾਂ ਹੋਈਆਂ ਪਿਛਲੇ 24 ਘੰਟਿਆਂ 'ਚ, 8 ਮੌਤਾਂ ਹੋਈਆਂ, 564 ਜਿਹੜੇ ਹੈਗੇ ਰਿਕਵਰ ਹੋ ਚੁੱਕੇ ਨੇ, 54,582 ਜਿਹੜੇ ਹੈਗੇ ਨੇ ਐਕਟਿਵ ਨੇ, ਕਈਆਂ ਦਿਨਾਂ ਤੋਂ ਕੋਈ ਵੀ ਕ੍ਰਿਟੀਕਲ ਕੇਸ ਨਹੀਂ ਹੈ, ਥੈਂਕਸ ਗੋਡ। ਆਪਣਾ ਇੰਡੀਆ ਹੈਗਾ 21 ਨੰਬਰ ਤੇ, 30ਵੇਂ ਨੰਬਰ ਤੇ ਜਪਾਨ ਹੈਗਾ, 4,667 ਟੋਟਲ ਕੇਸ ਨੇ, ਕੋਈ ਨਵਾਂ ਕੇਸ ਨਹੀਂ, 94 ਮੌਤਾਂ ਜਪਾਨ 'ਚ ਹੋ ਚੁੱਕੀਆਂ, ਨਵੀਂ ਮੌਤ ਕੋਈ ਨਹੀਂ, 632 ਰਿਕਵਰ ਹੋ ਚੁੱਕੇ ਨੇ, 3,941 ਉੱਥੇ ਐਕਟਿਵ ਨੇ, 99 ਸੀਰੀਅਸ ਨੇ। ਅੱਗੇ ਗੱਲ ਕਰੀਏ ਆਪਣੇ ਗੁਆਂਢੀ ਮੁਲਕ
ਪਾਕਿਸਤਾਨ ਦੀ 4414 ਕੇਸ ਨੇ, ਨਵੀਆਂ ਕੇਸ ਦੀ ਸੰਖਿਆ ਜਿਹੜੀ 151 ਹੈ, 63 ਮੌਤਾਂ ਹੋ ਚੁੱਕੀਆਂ, ਦੋ ਪਿਛਲੇ 24 ਘੰਟੇ ਚ ਹੋਈਆਂ, 572। ਸਲੂਟ ਟੂ ਦਾ ਪਾਕਿਸਤਾਨ ਮੈਡੀਕਲ ਟੀਮ, ਸਲੂਟ ਟੂ ਦਾ ਪਾਕਿ ਡਾਕਟਰ ਜਿਹਨਾਂ ਨੇ 572 ਕੇਸਾਂ ਨੂੰ ਠੀਕ ਕਰ ਦਿੱਤਾ ਔਰ 3780 ਉੱਥੇ ਐਕਟਿਵ ਨੇ, 31 ਸੀਰੀਅਸ ਨੇ। ਹੁਣ ਆਪਣੇ ਦੂਜੇ ਗੁਆਂਢੀ ਮੁਲਕ ਬੰਗਲਾਦੇਸ਼ ਦੀ ਗੱਲ ਕਰੀਏ, 330 ਕੇਸ ਨੇ, 112 ਨਵੇਂ ਆ ਚੁੱਕੇ ਨੇ, 21 ਮੌਤਾਂ ਹੋਈਆਂ ਪਿਛਲੇ 24 ਘੰਟਿਆਂ ਚ, ਇੱਕ ਮੌਤ ਹੋਈ ਹੈ, 33 ਰਿਕਵਰ ਹੋ ਚੁੱਕੇ ਨੇ, 276 ਐਕਟਿਵ ਨੇ ਤੇ ਇੱਕੋ ਹੀ ਸੀਰੀਅਸ ਹੈ। ਹੁਣ ਪੰਜਾਬ ਦੀ ਗੱਲ ਕਰੀਏ, ਪੰਜਾਬ ਦੀ ਗੱਲ ਕਰੀਏ ਤਾਂ ਨਾਲ ਹੀ ਕਪੂਰਥਲੇ ਦੀ ਮੈਂ ਗੱਲ ਕਰਨਾ ਚਾਹੁੰਦਾ, ਸਾਡਾ ਇੱਕੋ ਹੀ ਕੇਸ ਪੋਜ਼ਿਟਿਵ ਹੈ, ਬਹੁਤ ਹੀ ਅੱਛੇ ਹਾਲਾਤ 'ਚ ਹੈ, ਕੋਈ ਉਹਦਾ ਸਿਮਟਮਸ ਨਹੀਂ ਹੈ, ਇਹ ਸਿਮਟੋਮੈਟਿਕ ਹੈ, ਹੈਲਦੀ ਪੇਸ਼ੈਂਟ ਹੈ ਔਰ ਅਸੀਂ ਪਰਮਾਤਮਾ ਅੱਗੇ, ਆਪਣੇ ਮਹਾਂਗੁਰੂ ਅੱਗੇ, ਆਪਣੇ ਅਸੀਂ ਪਰਮਾਤਮਾ ਰੱਬ ਅੱਗੇ ਅਰਦਾਸ ਕਰਦੇ ਹੋਏ, ਉਹ ਬੱਚਾ ਬਿਲਕੁਲ ਕਾਫੀ ਅੱਛੇ ਆਈਸੋਲੇਸ਼ਨ ਦੇ ਨਾਲ ਕਪੂਰਥਲਾ ਸਾਡੇ ਰੀਹੈਬਿਲਿਟੇਸ਼ਨ ਔਰ ਸਾਡੇ ਸਿਵਲ ਸਰਜਨ ਡਾਕਟਰ ਜਸਮੀਤ ਕੌਰ ਬਾਬਾ ਜੀ ਉਹਨਾਂ ਦੀ ਦੇਖ ਰਹੇ, ਮੈਡੀਕਲ ਟੀਮ ਡਾਕਟਰ ਰਵਜੀਤ, ਡਾਕਟਰ ਮੋਹਨਪ੍ਰੀਤ ਜੀ ਉਹਨਾਂ ਨੂੰ ਦੇਖ ਰਹੇ ਨੇ, ਬਹੁਤ ਹੀ ਸਾਇੰਟੀਫਿਕ ਅਪਰੋਚ ਨਾਲ ਉਹਨਾਂ ਦਾ ਸਾਰਾ ਇਲਾਜ ਚੱਲ ਰਿਹਾ ਹੈ। ਤੇ ਇਹਦੇ ਨਾਲ ਹੀ ਮੈਂ ਅਖੀਰ ਦੇ ਵਿੱਚ ਸਿਸਟਰ ਸੁਨੀਤਾ ਨੂੰ, ਆਮ ਸਾਰੇ ਪੰਜਾਬੀ ਸਮਝਣ ਵਾਲਿਆਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦਾ ਤਾਂ ਸਿਸਟਰ ਸੁਨੀਤਾ। ਸਾਰਿਆਂ ਨੇ ਮੈਂ ਆਪਣੇ ਵੱਲੋਂ ਭੈਣ ਆਪਣੇ ਘਰ ਬੈਠੇ ਭੈਣਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਤੇ ਮੈਂ ਆਪਣੇ ਵੱਲੋਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਆਪਾਂ ਕੋਰੋਨਾ ਮਹਾਂਮਾਰੀ ਤੋਂ ਬਚਣ ਦੇ ਲਈ ਸਭ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਤੁਸੀਂ ਧੋਣਾ ਆ, ਵਾਰ ਵਾਰ ਮਲ ਮਲ ਕੇ ਧੋ ਹੱਥਾਂ ਨੂੰ। ਜੇਕਰ ਤੁਹਾਨੂੰ ਨਹੀਂ ਵੀ ਸੈਨੀਟਾਈਜ਼ਰ ਮਿਲਦਾ ਹੱਥ ਧੋਣ ਵਾਸਤੇ, ਜਦ ਉਹਦੀ ਸ਼ੋਰਟੇਜ ਚੱਲ ਰਹੀ ਹੈ, ਤੁਸੀਂ ਸਿੰਪਲ ਆਪਣਾ ਸਾਬਣ ਦੇ ਨਾਲ ਹੀ ਹੱਥ ਚੰਗੀ ਤਰ੍ਹਾਂ ਝੱਗ ਬਣਾ ਕੇ ਹੱਥਾਂ ਨੂੰ ਧੋਵੋ ਤੇ ਉਸ ਤੋਂ ਬਾਅਦ ਤੁਸੀਂ ਆਪਣੇ ਕਿਤੇ ਬਾਹਰ ਨਹੀਂ ਬਿਲਕੁਲ ਵੀ ਜਾਣ ਨਹੀਂ ਜਾਣਾ ਤੇ ਨਾ ਹੀ ਕਿਸੇ ਨੂੰ ਆਪਣੇ ਘਰ ਕਿਸੇ ਨੂੰ ਆਉਣ ਦੇਣਾ, ਠੀਕ ਹੈ। ਤੇ ਦੂਸਰਾ, ਤੁਸੀਂ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਸੇਫ ਰੱਖ ਕੇ ਤੇ ਤੁਸੀਂ ਆਪਣੀ ਤੇ ਆਪਣੇ ਸਮਾਜ ਦੀ ਸੇਵਾ ਕਰ ਸਕਦੇ। ਵੈਰੀ ਗੁੱਡ, ਵੈਰੀ ਗੁੱਡ। ਔਰ ਪੰਜਾਬ ਦੇ ਜਿਹੜੇ ਹੈਲਪਲਾਈਨ ਨੰਬਰ ਹੈ, ਪਲੀਜ਼ ਨੋਟ ਕਰੋ, 8872 09 09 00 29। ਦੁਬਾਰਾ ਬੋਲਦਾ ਜੀ, 88720 90 029। ਦੂਜਾ ਲੈਂਡਲਾਈਨ ਨੰਬਰ ਹੈ 01 72 ਚੰਡੀਗੜ੍ਹ ਦਾ ਨੰਬਰ 292 00 74। ਸਾਰੇ ਨੋਟ ਕਰੋ, ਕੋਈ ਵੀ ਤੁਹਾਡਾ ਸਵਾਲ ਹੈ, ਕੋਈ ਵੀ ਕੁਆਰੀ ਹੈ, ਇਹਨਾਂ ਨੰਬਰਾਂ ਤੇ ਦਿਨ ਰਾਤ ਪੰਜਾਬ ਸਰਕਾਰ ਹੈਲਥ ਡਿਪਾਰਟਮੈਂਟ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ। 01 72 292 00 74 88720 90 029। ਇਹਦੇ ਨਾਲ ਹੀ ਡਾਕਟਰ ਮਨਜੀਤ ਸੋਢੀ ਨੂੰ ਦਿਓ ਇਜਾਜ਼ਤ, ਰੱਬ ਅੱਗੇ ਅਰਦਾਸ ਕਰਦਾ ਹੋਇਆ ਤੁਹਾਡੇ ਕਮੈਂਟਸ ਜ਼ਰੂਰ ਚਾਹਾਂਗਾ, ਕਿਉਂਕਿ ਸਾਨੂੰ ਨਹੀਂ ਪਤਾ ਲੱਗਦਾ ਕਿ ਸਾਡੀਆਂ ਕਈਆਂ ਹੋਈ ਗੱਲਾਂ ਤੇ ਤੁਹਾਨੂੰ ਕੀ ਅੱਛਾ ਲੱਗਦਾ ਕੀ ਨਹੀਂ ਅੱਛਾ ਲੱਗਦਾ। ਤੁਹਾਡੇ ਕਮੈਂਟਸ ਬਹੁਤ ਹੀ ਹੈਲਦੀ ਆ ਰਹੇ ਨੇ, ਲੇਕਿਨ ਫਿਰ ਵੀ ਜੇ ਕਿਤੇ ਸਾਡੇ 'ਚ ਕਮੀ ਰਹਿੰਦੀ ਹੈ, ਜਿਹੜਾ ਕਿ ਅਸੀਂ ਦੂਰ ਕਰਨ ਦੀ ਕੋਸ਼ਿਸ਼ ਹਮੇਸ਼ਾ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਨਮਸਤੇ ਜੀ, ਅਸਲਾਮ ਅਲੈਕਮ, ਗੁੱਡ ਈਵਨਿੰਗ, ਜੈ ਹਿੰਦ।